ਚੌਧਰੀ ਬਾਰੇ ਚ ਇੱਥੇ ਮਸ਼ਹੂਰ ਹੈ ਪੂਰੇ ਜਲੰਧਰ ਦੇ ਵਿੱਚ ਕਿ ਇਹਦੀ ਗਰਦਨ ਦੇ ਵਿੱਚ ਕੋਈ ਵੱਡਾ ਕੀੜਾ ਅੜਿਆ ਹੋਇਆ ਜਿਹੜਾ ਇੱਧਰ ਉੱਧਰ ਇਹਨੂੰ ਮੁੜਨ ਨਹੀਂ ਦਿੰਦਾ ਤੇ ਇਹਦੇ ਜਦੋਂ ਮਦਰ ਖੜੇ ਵੀ ਸੀ ਤਾਂ ਵੀ ਇਹਦੇ ਹਲਕੇ ਚੋਂ ਬੁਰੀ ਤਰ੍ਹਾਂ ਹਾਰ ਗਏ ਸੀ ਪਿਛਲੀ ਵਾਰ। ਚੰਨੀ ਸਾਹਿਬ ਨੂੰ ਮੈਂ ਚੈਲੰਜ ਕਰਦਾ ਹਾਂ ਓਪਨ ਕਿ ਜੇ ਉਹਨਾਂ ਨੂੰ ਵਿਕਰਮ ਚੌਧਰੀ ਦੀ ਟੌਂਟ ਚ ਕੀਲਾ ਦਿਖਦਾ ਹੈ ਤਾਂ ਉਹ ਜਿਹੜਾ ਟੌਂਟ ਚ ਜੋ ਵੀ ਰੋਡ ਕਹਿ ਰਹੇ ਕੀਲਾ ਕਹਿ ਰਹੇ ਆ ਉਸ ਨੂੰ ਮੋੜ ਕੇ ਦਿਖਾਉਣ। ਇੰਨਾ ਵੀ ਲਾਲਚ ਨਹੀਂ ਹੋਣਾ ਚਾਹੀਦਾ ਜਦੋਂ ਇੱਕ ਪਰਿਵਾਰ ਦੇ ਵਿੱਚ ਮੁੰਡਾ ਹੈਗਾ MLA ਤੇ ਮਾਂ ਹੁਣ 80 ਦੇ ਨੇੜੇ ਪਹੁੰਚੀ ਹੋਈ ਹੈ ਤਾਂ ਫਿਰ ਕਿਆ ਲੋੜ ਸੀ ਐਡੀ ਆਫਤ ਪਈ ਵੀ ਸੀ ਜੁਆਇਨ ਕਰਨ ਦੀ BJP। ਅੱਜ ਮੇਰੀ ਮਾਤਾ ਜੀ ਦੀ ਉਮਰ ਤੇ ਉਹਨਾਂ ਨੇ ਟਿੱਪਣੀ ਕੀਤੀ। ਮੇਰੇ ਮਾਤਾ ਜੀ ਹਰ ਇੱਕ ਦੀ ਮਾਂ, ਉਹਦੇ ਵਾਸਤੇ ਮਾਂ ਤੋਂ ਉੱਪਰ ਕੁਛ ਨਹੀਂ ਹੁੰਦਾ। ਮੇਰੀ ਤਾਂ ਉਹਨਾਂ ਨੂੰ ਇਹ ਰਾਏ ਹੈ ਕਿ ਅਗਲੀ ਵਾਰੀ ਜੇ ਕੋਈ ਐਸੀ ਹਰਕਤ ਕਰਨਗੇ ਤਾਂ ਫਿਰ ਜਵਾਬ ਹੋਰ ਤਰੀਕੇ ਨਾਲ ਮਿਲਣਾ। ਜੇ ਟਿਕਟ ਕਿਸੇ ਨੂੰ ਹੋਰ ਨੂੰ ਵੀ ਦੇਤੀ ਸੀ ਤਾਂ ਤੁਸੀਂ ਤਾਂ MLA ਹੈਗੇ ਹੀ ਹੋ, ਤੁਸੀਂ ਹੁਣ ਦੋ ਅਹੁਦੇ ਤਾਂ ਮੁੰਡਾ ਰੱਖ ਨਹੀਂ ਸਕਦਾ। ਜੇ ਚੰਨੀ ਜੀ ਐਡੇ ਵੱਡੇ ਸਟਾਰ ਲੀਡਰ ਸੀ ਤਾਂ 22 ਇਲੈਕਸ਼ਨ ਕਿਉਂ ਨਹੀਂ ਲੜਾਈ? 14 ਵਿੱਚ ਸੰਤੋਖ ਸਿੰਘ ਚੌਧਰੀ ਜੀ MP ਬਣਦੇ ਨੇ, 19 ਚ ਸੰਤੋਖ ਸਿੰਘ ਚੌਧਰੀ ਜੀ MP ਬਣਦੇ ਨੇ, 22 ਚ ਸੰਤੋਖ ਸਿੰਘ ਚੌਧਰੀ ਜੀ ਦਾ ਪੁੱਤਰ ਬਣਦਾ ਹੈ MLA, 18 ਵਿੱਚ ਸਭ ਤੋਂ ਵੱਧ ਸੀਟਾਂ ਤੇ ਜਿੱਤ ਕੇ ਆਉਂਦਾ ਹੈ, ਔਰ ਫਿਰ ਚੌਧਰੀ ਸਾਹਿਬ ਦੀ ਰਾਹੁਲ ਗਾਂਧੀ ਦੀ ਯਾਤਰਾ ਚ ਉਹਦੀ ਹੱਥਾਂ ਚ ਉਹਨਾਂ ਦੀ ਮੌਤ ਹੋ ਜਾਂਦੀ ਹੈ। ਤਾਂ 22 ਇਲੈਕਸ਼ਨ ਜੇ ਸਾਨੂੰ ਕੋਈ ਟਿਕਟ ਦਿੱਤੀ ਹੈ ਤਾਂ ਸਾਡੇ ਤੇ ਕੋਈ ਆਸਾਨ ਕੀਤਾ ਹੈ? ਅੱਜ ਚੌਧਰੀ ਸਾਹਿਬ ਮਰੇ ਆ ਜਦੋਂ ਇਹਨਾਂ ਨੇ ਉਹਨਾਂ ਨੂੰ ਪਾਰਟੀ ਨੂੰ ਛੱਡ ਕੇ ਜਿਹਦੇ ਵਾਸਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਇਹਨਾਂ ਨੂੰ ਬੜੇ ਰੰਗ ਵੀ ਦਿਖਾਏ ਪਾਰਟੀ ਨੇ ਤੇ ਬਹੁਤ ਬੜੇ ਅਹੁਦੇ ਵੀ ਇਹਨਾਂ ਨੇ ਮਾਣੇ, ਉਹਨੂੰ ਛੱਡ ਕੇ ਜਦ ਇਹਨਾਂ ਨੇ BJP ਨੂੰ ਜੁਆਇਨ ਕੀਤਾ। ਚੰਨੀ ਜੀ ਤਾਂ ਟਕੇ ਰਹਿਣ ਤਾਂ ਚੰਗਾ ਹੈ। ਚੰਨੀ ਜੀ ਆਪਣੇ ਆਪ ਨੂੰ ਸੁਦਾਮਾ ਕਹਿੰਦੇ ਨੇ, ਮੈਂ ਕਹਿੰਦਾ ਇਹ ਸੁਦਾਮਾ ਨਹੀਂ ਹੈ। ਇਹ ਕਿਹੜਾ ਸੁਦਾਮਾ ਹੈ ਜੀ ਜਿਹੜੇ ਦੇ ਘਰੋਂ 10 ਕਰੋੜ ਰੁਪਇਆ ਮਿਲਿਆ ਹੋਵੇ? ਇਹ ਤਾਂ ਸ਼ਕੁਨੀ ਨੇ, ਇਹਨਾਂ ਨੇ ਸ਼ਕੁਨੀ ਦਾ ਰੋਲ ਨਿਭਾਇਆ ਹੈ ਕਾਂਗਰਸ ਪਾਰਟੀ ਚ। ਇਹਨਾਂ ਨੂੰ ਟਿਕਟ ਦਿੱਤੀ ਵੀ ਗਈ, ਇੱਕ ਮੁੰਡਾ ਇਹਨਾਂ ਦਾ MLA ਹੈ ਆਲਰੇਡੀ ਕਾਂਗਰਸ ਵੱਲੋਂ, ਮਾਂ ਨੂੰ ਟਿਕਟ ਦਿੱਤੀ ਗਈ ਸੀ ਉਹ ਹਾਰ ਗਏ। ਉਸ ਤੋਂ ਬਾਅਦ ਪਾਰਟੀ ਨੇ ਜੇ ਟਿਕਟ ਬਦਲੀ ਹੈ ਤਾਂ ਐਨਡੀ ਵੀ ਕਿਆ ਕਾਹਲੀ ਸੀ ਕਿ ਪਾਰਟੀ ਛੱਡ ਕੇ ਜਾਣੀ ਹੈ, ਤਾਂ ਇਹਨਾਂ ਨੇ ਮਤਲਬ ਆਪਣੇ ਪੂਰੇ ਇਤਿਹਾਸ ਨੂੰ ਗੰਧਲਾ ਕਰਤਾ ਹੈ। ਪਹਿਲਾਂ ਕਾਂਗਰਸ ਪਾਰਟੀ ਦੇ ਖਿਲਾਫ ਇਲੈਕਸ਼ਨ ਲੜਦੇ ਨੇ, ਕਾਂਗਰਸ ਪਾਰਟੀ ਦੇ ਇਲੈਕਸ਼ਨ ਖਿਲਾਫ ਲੜ ਕੇ ਫਿਰ ਅਕਾਲੀ ਦਲ ਦੇ ਐਸੋਸੀਏਟ ਮੈਂਬਰ ਬਣਦੇ ਨੇ, ਫਿਰ ਉਸ ਤੋਂ ਬਾਅਦ ਫਿਰ TPP ਚ ਜਾਂਦੇ ਨੇ, ਹੁਣ ਕਾਂਗਰਸ ਦੇ ਵਿੱਚ ਜਦੋਂ ਦੇ ਆਏ ਨੇ ਇਹਨਾਂ ਨੂੰ ਟੌਪ ਪੋਸਟ ਮਿਲ ਰਹੀ ਹੈ ਔਰ ਇਹ ਦੂਸਰਿਆਂ ਤੇ ਇਹ ਵਾਰ ਕਰ ਰਹੇ ਨੇ। ਇਹ ਮੇਰੇ ਹਿਸਾਬ ਦੇ ਨਾਲ ਪਾਰਟੀ ਦਾ ਤਾਂ ਪਤਾ ਨਹੀਂ ਨੁਕਸਾਨ ਹੋਏਗਾ ਕਿ ਫਾਇਦਾ ਇਹਨਾਂ ਦੇ ਜਾਣ ਨਾਲ, ਲੇਕਿਨ ਇਹਨਾਂ ਨੇ ਆਪਣਾ ਜਿਹੜਾ ਬਹੁਤ ਭਾਰੀ ਨੁਕਸਾਨ ਕਰ ਲਿਆ, ਮੈਨੂੰ ਉਸਦਾ ਅਫਸੋਸ ਹੈ। ਚੰਨੀ ਜੀ ਇਜ਼ ਅ ਫੇਲਡ ਚੀਫ ਮਿਨਿਸਟਰ। ਚੰਨੀ ਜੀ ਬਤੌਰ ਮੁੱਖ ਮੰਤਰੀ 2 ਸੀਟਾਂ ਹਾਰ ਗਏ, ਕਾਂਗਰਸ ਦੀ ਸਰਕਾਰ ਬਣਦੀ ਬਣਦੀ 18 ਤੇ ਆ ਗਈ। ਚੰਨੀ ਜੀ ਨੇ ਆਪਣੇ ਸਖੇ ਭਰਾ ਨੂੰ ਕਾਂਗਰਸ ਤੋਂ ਕੈਂਡੀਡੇਟ ਤੇ ਓਲਰੇਟ ਡੇਰਾਬੱਸੀ ਤੋਂ ਖੜਾਇਆ, ਕਾਂਗਰਸ ਦਾ ਕੈਂਡੀਡੇਟ ਹਾਰਿਆ। ਆਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਵੀ ਪਾਰਟੀ ਨੇ ਉਹਨਾਂ ਨੂੰ ਭਗੌੜਿਆਂ ਨੂੰ, ਕਿਉਂਕਿ ਬਚੇ ਹੋਏ ਸੀ 10 ਕਰੋੜ ਰੁਪਇਆ ਉਹਨਾਂ ਦੇ ਘਰੋਂ ਮਿਲਿਆ।
ਇੰਨਾ ਕਾਲਾ ਹੈ ਕਿ ਪਹਿਲਾਂ ਹੀ ਬਹੁਤ ਕੁਛ ਮੇਰੇ ਖਿਲਾਫ਼ ਬੋਲ ਗਿਆ ਸੀ, ਉਹਨੇ ਗੁੰਜਾਇਸ਼ ਕੋਈ ਛੱਡੀ ਨਹੀਂ ਸੀ, ਤੇ ਲੇਕਿਨ ਫਿਰ ਵੀ ਮੈਂ ਉਸ ਤੋਂ ਬਾਅਦ ਉਹਨੂੰ ਕਾਲ ਕੀਤੀ ਸੀ, ਫਿਰ ਉਹਨੇ ਟੈਲੀਫੋਨ ਨਹੀਂ ਚੱਕਿਆ। ਅੱਛਾ, ਤੁਸੀਂ ਫਿਰ ਵੀ ਅਪਰੋਚ ਕੀਤਾ ਉਹਨਾਂ ਨੂੰ? ਹਾਂਜੀ, ਮੈਂ ਕਾਲ ਕੀਤੀ ਸੀ ਉਹਨੂੰ ਟੈਲੀਫੋਨ ਤੇ, ਪਰ ਉਹਨੇ ਟੈਲੀਫੋਨ ਚੱਕਿਆ ਨਹੀਂ ਸੀ। ਮੇਰੀ ਉਹਦੇ ਨਾਲ ਹੋਰ ਕੋਈ ਗੱਲ ਨਹੀਂ ਹੋਈ। ਤੰਨੀ ਸਾਹਿਬ ਇਜ਼ ਅ ਫੇਲਡ ਲੀਡਰ। ਪੂਰੇ ਦੁਆਬੇ ਵਿੱਚ, ਜਲੰਧਰ ਦੇ ਵਿੱਚ ਆ ਕੇ ਇਹਨਾਂ ਨੇ ਸਭ ਕੁਝ ਅਪਸੈਟ ਕਰਤਾ, ਸਭ ਕੁਝ ਲੜਾਈਆਂ ਪਵਾ ਦਿੱਤੀਆਂ। ਨਹੀਂ, ਹਾਈ ਕਮਾਨ ਇੰਨੀ ਤੁਹਾਡੀ ਅਣਜਾਣ ਹੈ ਕਿ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਫਿਰ ਕਿ ਜੇ ਇੱਕ ਫੇਲਡ ਲੀਡਰ ਨੂੰ ਟਿਕਟ ਦੇ ਦਿੱਤਾ। ਹਾਈ ਕਮਾਨ ਨੂੰ ਅਸੀਂ ਦੱਸਿਆ ਹੋ ਉਹਨਾਂ ਨੇ ਕਿ ਜੇ ਤੁਸੀਂ ਲੱਗੇ, ਹਾਈ ਕਮਾਨ ਨੂੰ ਬੇਨਤੀ ਕਰ ਰਹੇ ਆ, ਹਾਈ ਕਮਾਨ ਨੂੰ ਦੱਸਿਆ ਕਿ ਇਹ ਐਸਾ ਲੀਡਰ ਜਲੰਧਰ ਦੇ ਵਿੱਚ ਨਹੀਂ ਚਾਹੀਦਾ ਜਿਸ ਲੀਡਰ ਨੇ ਆਪਣੇ ਰਿਸ਼ਤੇਦਾਰ ਤੱਕ ਨਾ ਬਖਸ਼ੇ ਹੋਣ। ਮੁੰਡੇ ਨੂੰ ਮਿਲਣਾ ਸੀ ਤੇ ਮੁੰਡਾ ਬਹੁਤ ਐਰੋਗੈਂਟ ਹੈ, ਇਹਨੂੰ ਮਿਲਣਾ ਵੀ ਕੋਈ ਮਤਲਬ ਆਮ ਬੰਦੇ ਦਾ ਕੰਮ ਨਹੀਂ ਹੈ, ਇਹ ਹਰ ਕਿਸੇ ਨਾਲ ਤਾਂ ਹੱਥ ਨਹੀਂ ਮਿਲਾਉਂਦਾ, ਤੇ ਹੱਥ ਦੇ ਉਹ ਆਪਣੀ ਗੱਡੀ ਦੇ ਵਿੱਚ ਉਹ ਹੱਥ ਸਾਫ਼ ਕਰਨੇ ਵਾਲਾ ਰੱਖਦਾ ਹੈ, ਤੇ ਹੱਥ ਬਾਈ ਚਾਂਸ ਕੋਈ ਮਿਲਾ ਵੀ ਲਵੇ ਤਾਂ ਸੈਨੇਟਾਈਜ਼ਰ ਨਾਲ ਸਾਫ਼ ਕਰਦਾ ਹੈ। ਜੇ ਇੰਨਾ ਹੀ ਚੰਨੀ ਵੱਡਾ ਲੀਡਰ ਸੀ ਤਾਂ ਚੰਨੀ ਨੂੰ ਬਾਈ ਇਲੈਕਸ਼ਨ ਵੀ ਚੰਨੀ ਨੂੰ ਲੜਾਉਂਦੇ, ਸਰਕਾਰਾਂ ਦੇ ਖਿਲਾਫ਼ ਇਲੈਕਸ਼ਨ ਚੌਧਰੀ ਪਰਿਵਾਰ ਲੜੇ, ਜਨਰਲ ਇਲੈਕਸ਼ਨ ਚੰਨੀ ਲੜੇ, ਚੰਨੀ ਹਾਰ ਕੇ ਆਉਂਦਾ ਚੰਨੀ ਇਲੈਕਸ਼ਨ ਲੜ ਸਕਦਾ, ਚੰਨੀ ਦੋ ਦੋ ਪਾਰਟੀਆਂ ਛੱਡ ਕੇ ਆਉਂਦਾ ਚੰਨੀ ਚੰਗਾ। ਐਰੋਗੈਂਟ ਜਿਹੜਾ ਸੁਭਾਅ ਹੈ ਉਹਦਾ, ਇਹਨੇ ਆਪਣੇ ਪਰਿਵਾਰ ਦੀ, ਆਪਣੇ ਬਜ਼ੁਰਗਾਂ ਦੀ ਮਿੱਟੀ ਬਲੀਦ ਕੀਤੀ ਹੈ, ਤੇ ਇਹ ਅੱਜ ਦਾ ਨਹੀਂ ਹੈ ਇਹਦਾ ਸੁਭਾਅ, ਬਹੁਤ ਵਾਰ ਮੈਂ ਇਹਦੇ ਪਰਿਵਾਰ ਵਿੱਚ ਵੀ, ਇਹਦੇ ਪਿਤਾ ਜੀ ਤੋਂ ਵੀ ਸੁਣਿਆ, ਲੋਕ ਤਾਂ ਅਕਸਰ ਕਹਿੰਦੇ ਹੀ ਹੈ, ਤੇ ਲੋਕ ਅੱਜ ਇਸ ਚੀਜ਼ ਨੂੰ ਪਸੰਦ ਨਹੀਂ ਕਰ ਰਹੇ ਕਿ ਤੁਸੀਂ ਐਡੇ ਵੱਡੇ ਅਹੁਦੇ ਮਾਣ ਕੇ ਤੇ ਐਡੇ ਵੱਡੇ ਰੁਤਬਿਆਂ ਦੇ ਵਿੱਚ ਰਹਿ ਕੇ ਪੂਰਾ ਇਹ ਤਾਂ ਮਤਲਬ ਲਗਜ਼ਰੀਅਸ ਜੀਵਨ ਜੀ ਰਿਹਾ ਜਿਹੜਾ ਮੁੰਡਾ, ਤੇ ਇਹ ਸਾਰਾ ਕੁਛ ਕਾਂਗਰਸ ਦੀ ਉਹ ਦੇਣ ਹੈ। 10 ਕਰੋੜ ਰੁਪਇਆ ਘਰ ਚੋਂ ਮਿਲਿਆ ਕਿ ਨਹੀਂ? IAS ਅਫਸਰ ਕੋਲ ਲੰਮੇ ਪੈ ਕੇ ਪੱਗ ਥੱਲੇ ਰੱਖ ਕੇ ਮਾਫੀ ਮੰਗੀ ਹੈ ਕਿ ਨਹੀਂ? ਕਾਂਗਰਸ ਨੂੰ ਠੇਡੀ ਲਾਈ ਹੈ ਕਿ ਨਹੀਂ? ਕਾਂਗਰਸ ਦੇ ਖਿਲਾਫ਼ ਭਰਾ ਆਪਣਾ ਲੜਾਇਆ ਕਿ ਨਹੀਂ? ਹੁਣ ਕਹਿੰਦੇ ਆ ਕਿ ਕਾਂਗਰਸ ਹਾਈਕਮਾਂਡ ਨੂੰ ਕਹਿੰਦੇ ਆ ਵਿਕਰਮ ਤੇ ਐਕਸ਼ਨ ਲਓ, ਵਿਕਰਮ ਤੇ ਐਕਸ਼ਨ ਲੈਣ, ਪਰ ਵਿਕਰਮ ਤੇ ਐਕਸ਼ਨ ਲੈਣ ਤੋਂ ਪਹਿਲਾਂ ਚੰਨੀ ਤੇ ਐਕਸ਼ਨ ਲੈਣ, ਰਾਣਾ ਗੁਰਜੀਤ ਤੇ ਐਕਸ਼ਨ ਲੈਣ, ਪ੍ਰਤਾਪ ਸਿੰਘ ਬਾਜਵਾ ਜੀ ਤੇ ਐਕਸ਼ਨ ਲੈਣ।